सर अंदर आई। हाँ जी हाँ जी आ जाओ। और मंटू सत श्रीकाल जी। सत श्रीकाल, की हाल ने? हाल तो जी बस माड़ी। आ नहीं रहा तू काम ते पांच चार दिन का? मैं वही दसन आया सी, मेरी ना वाइफ ज्यादा ढिली है। अच्छा, उन्होंने दवाई दवाई ना, बाकी घरे कोई काम करने वाले है नहीं, माता श्री बुजुर्ग हो गए, पर घरे रहना पै रही ता करके मैं दो चार दिन होर नहीं आ सकता जी। ते चंगे डॉक्टर तो दवाई दवाओ, क्योंकि काम बिना भी नहीं सरदा, घरे भी नहीं सरदा ते इत्थे भी नहीं सरदा। ਤੁਹਾਡੀ ਗੱਲ ਸਹੀ ਹੈ ਸਰ, ਮੈਂ ਇਸੇ ਵਜ੍ਹਾ ਕਰਕੇ ਨਾ ਤੁਹਾਡੇ ਕੋਲ ਆਇਆ ਸੀ, ਮੈਨੂੰ ਨਾ ਥੋੜੇ ਜਿਹੇ ਪੈਸੇ ਦੀ ਲੋੜ ਸੀ ਤਾਂ ਜੋ ਮੈਂ ਉਹਦਾ ਇਲਾਜ ਵਧੀਆ ਕਰਵਾ ਸਕਾਂ। ਪੈਸੇ ਤਾਂ ਲੈ ਲਾ, ਪੈਸਾ ਹੀ ਕੋਈ ਗੱਲ ਨਹੀਂ। ਹਾਂਜੀ, ਪਰਸੋਂ ਹੀ ਹਜੇ 1 ਤਰੀਕ ਦੀ ਸੈਲਰੀ ਪਈ ਹੈ ਤੇਰੀ। ਹਾਂਜੀ ਇਹ ਤਾਂ ਹੈ, 50,000 ਰੁਪਇਆ ਸੀ ਸਰ। ਉਹ ਤਾਂ ਨਾ ਜੀ ਘਰ ਦੇ ਰਾਸ਼ਨ ਰੂਸ਼ਨ ਲਿਆਉਣ 'ਚ ਹੀ ਲੱਗ ਗਿਆ 50,000 ਰੁਪਏ। 50,000 ਦਾ ਰਾਸ਼ਨ? ਹਾਂਜੀ। ਕਮਾਲ ਹੋ ਤੰਦਰੋ, ਇੰਨਾ ਰਾਸ਼ਨ ਕਿਹੜੇ ਖੂਹ 'ਚ ਸਿੱਟਦੇ ਹੋਵੇਂ ਸਰ। ਹੁਣ ਤੁਹਾਨੂੰ ਵੀ ਪਤਾ ਹੀ ਮਹਿੰਗਾਈ ਇੰਨੀ ਹੋਈ ਪਈ। ਉਹ ਨਹੀਂ ਮਹਿੰਗਾਈ ਸਾਡੇ, ਹੁਣ ਸਾਡੇ ਪਰਿਵਾਰ 'ਚ ਦੇਖਣਾ, ਹਰ ਹਫ਼ਤੇ ਚੰਗੇ ਹੋਟਲ 'ਚ ਰੋਟੀ ਖਾਈਦੀ ਹੈਗੀ, ਨਾਲੇ ਏਡਾ ਪਰਿਵਾਰ ਆ ਸੁੱਖ ਨਾਲ, ਤੁਸੀਂ ਘਰ 'ਚ ਤਿੰਨ ਜੀ, 50,000 ਰੁਪਇਆ ਕਿੱਥੇ ਲਾਉਣੇ ਤੁਸੀਂ? ਉਹ ਬਸ ਇਹ ਰਾਸ਼ਨ ਦੀ ਲੱਗ ਜਾਂਦੇ ਜੀ, ਹੋਰ ਐਂ ਤਾਂ ਹੈ ਨਹੀਂ। ਰਾਸ਼ਨ ਪਾਣੀ ਦੀ ਰੋਟੀ ਕਿਹਦੀ ਹੈਗੀਆਂ ਦੱਸ? ਰਾਸ਼ਨ ਤਾਂ ਦੇਖੋ ਜੀ, ਮੈਂ ਤਾਂ ਤੁਹਾਨੂੰ ਪਤਾ ਹੈ ਆਫਿਸ ਹੀ ਆਉਂਦਾ ਨਾ ਹੀ ਮੇਰੇ ਇੰਨਾ ਵੀ ਜ਼ਿਆਦਾ ਜ਼ਿੰਮੇਵਾਰੀਆਂ, ਲੇਕਿਨ ਮੰਮੀ ਮੇਰੇ ਸ਼ੁਰੂ ਤੋਂ ਉਹੀ ਰਾਸ਼ਨ ਵਗੈਰਾ ਦੇਖਦੇ, ਸਾਰਾ ਘਰ ਦਾ ਖਰਚਾ ਉਹੀ ਸੰਭਾਲਦੇ, ਉਹਨਾਂ ਕੋਲ ਹੀ ਹੁੰਦਾ ਜੀ ਸਾਰਾ ਕੁਝ। ਮੈਂ ਤੈਨੂੰ ਕਿਰਾਇਆ ਦੇਵਾਂ? ਦੱਸੋ ਜੀ। ਹੈ ਤਾਂ ਦੇਖੋ ਤੁਹਾਡਾ ਇਹ ਘਰੇਲੂ ਮਸਲਾ, ਠੀਕ ਹੈ ਜੀ, ਪਰ ਜਿਹੜੇ ਪੈਸੇ ਤੂੰ ਰਾਸ਼ਨ ਵਾਸਤੇ ਦਿੰਨਾ, ਹਾਂਜੀ, ਥੋੜੀ ਜੀ ਗੌਰ ਕਰ ਉਹਦੇ। ਗੌਰ ਮੈਂ ਇਹ ਸਮਝ ਨਹੀਂ ਕੀ ਕਹਿਣਾ ਚਾਹੁੰਦੇ ਤੁਸੀਂ। ਮੈਂ ਤੈਨੂੰ ਕਹਿਣਾ ਚਾਹਣਾ ਕਿ ਪੈਸਿਆਂ ਤੇ ਥੋੜੀ ਜੀ ਗੌਰ ਕਰ, ਹੈ ਤਾਂ ਘਰੇਲੂ ਮਸਲਾ, ਮੈਂ ਤੈਨੂੰ ਸਿੱਧਾ ਨਹੀਂ ਕਹਿਣਾ ਚਾਹੁੰਦਾ। ਇੱਕ ਔਰਤ ਦੇ ਹੱਥ 'ਚ ਪੈਸੇ ਨੇ, ਚਾਹੇ ਤੁਹਾਡੇ ਮਾਤਾ ਜੀ ਨੇ, ਪਰ ਫਿਰ ਵੀ ਤੁਸੀਂ ਉਹਨਾਂ ਪੈਸਿਆਂ ਤੇ ਗੌਰ ਕਰੋ ਕਿ ਕਿੰਨੇ ਦਾ ਖਰਚਾ ਆ ਰਿਹਾ, ਕਿੰਨੇ ਦਾ ਰਾਸ਼ਨ ਆ, ਕਿੰਨੇ ਦੀ ਪਰਚੀ ਆ ਰਹੀ ਆ, ਤੇ ਬਾਕੀ ਪੈਸੇ ਕਿੱਧਰ ਗਏ। ਸਰ ਮੈਂ ਤੁਹਾਨੂੰ ਐਂ ਕਹਿੰਦਾ ਸੀ, ਦੇਖੋ ਵੀ ਮੇਰੀ ਮਾਤਾ ਸ਼੍ਰੀ ਨੇ ਹਨਾ ਵੀ ਮੈਨੂੰ ਨਹੀਂ ਲੱਗਦਾ ਵੀ ਉਹ ਕੋਈ ਐ ਜਾਂ ਘਪਲਾ ਕਰਦੇ ਹੋਣਗੇ। ਮੈਂ ਘਪਲੇ ਦੀ ਗੱਲ ਨਹੀਂ ਕਰਦਾ ਮੰਟੂ, ਤੂੰ ਸਮਝਣ ਦੀ ਕੋਸ਼ਿਸ਼ ਕਰ। ਹਾਂਜੀ, ਜਦੋਂ ਕਿਸੇ ਪਾਈਪ ਦੇ ਵਿੱਚ ਲੀਕੇਜ ਹੋ ਜਾਏ ਨਾ, ਠੀਕ ਹੈ ਜੀ, ਟੈਂਕੀ ਨੂੰ ਜਿੰਨੇ ਵਾਰੀ ਮਰਜ਼ੀ ਭਰੋ ਉਹ ਖਾਲੀ ਹੀ ਰਹੂ। ਇਹ ਗੱਲ ਤਾਂ ਤੁਹਾਡੀ ਸਿਆਣੀ, ਤੁਸੀਂ ਚੈੱਕ ਕਰੋ ਕਿ ਕਿੱਥੇ ਕਮੀ ਆ। 50,000 ਦਾ ਰਾਸ਼ਨ ਤਾਂ ਸਾਡੇ ਘਰੇ ਨਹੀਂ ਲੱਗਦਾ। ਸਹੀ ਗੱਲ ਹੈ, ਕੋਈ ਗੱਲ ਨਹੀਂ, ਮੈਂ ਤੁਹਾਡੀ ਇਹ ਗੱਲ ਤੇ ਗੌਰ ਕਰ ਲੂੰਗਾ, ਬਟ ਮੈਨੂੰ ਨਾ ਇਸ ਵੇਲੇ ਨਹੀਂ 10,000 ਰੁਪਏ ਚਾਹੀਦਾ ਸੀ। ਪੈਸਿਆਂ ਦੀ ਕੋਈ ਗੱਲ ਹੀ ਨਹੀਂ, ਠੀਕ ਹੈ, ਤੂੰ ਮੈਨੂੰ ਫੋਨ ਕਰ ਦਿੰਦਾ ਤੇ ਮੈਂ ਤੇਰੇ ਖਾਤੇ 'ਚ ਪਾ ਦਿੰਦਾ। ਮੈਨੂੰ ਐਸੇ ਹੀ ਤੁਹਾਨੂੰ ਮਿਲ ਲੈਂਦਾ, ਨਾਲੇ ਮੈਂ ਦੱਸ ਲੈਂਦਾ ਵੀ ਮੈਂ ਆਹ ਪ੍ਰੋਬਲਮ ਕਰਕੇ ਆਫਿਸ ਨਹੀਂ ਆ ਰਿਹਾ। ਉਹ ਸਭ ਠੀਕ ਆ, ਕੋਈ ਗੱਲ ਨਹੀਂ, ਕੈਸ਼ ਤਾਂ ਹੁਣ ਤੈਨੂੰ ਪਤਾ ਹੁੰਦਾ ਨਹੀਂ ਆ। ਹਾਂਜੀ, ਮੈਂ ਤੇਰੇ ਖਾਤੇ 'ਚ ਟ੍ਰਾਂਸਫਰ ਕਰ ਦਿੰਦਾ, ਕੋਈ ਗੱਲ ਨਹੀਂ, ਕਢਵਾ ਲਈ। ਹਾਂ ਮੈਂ ਕਢਵਾ ਲੂੰਗਾ। ਤੇ ਜਿਹੜੀ ਗੱਲ ਮੈਂ ਤੈਨੂੰ ਕਹੀ ਆ ਨਾ, ਉਹ ਤੇ ਗੌਰ ਜ਼ਰੂਰ ਕਰੀ। ਕੋਈ ਗੱਲ ਨਹੀਂ ਸਰ ਜੀ, ਮੈਂ ਉਸ ਗੱਲ ਤੇ ਜ਼ਰੂਰ ਗੌਰ ਕਰੂੰਗਾ। ਹਾਂ, ਕਿਉਂਕਿ ਅੱਜ ਕੱਲ ਨਾ ਪਤਾ ਨਹੀਂ ਲੱਗਦਾ, ਕਈ ਵਾਰੀ 100 ਮਜਬੂਰੀਆਂ ਹੋ ਜਾਂਦੀਆਂ ਨੇ, ਤੁਸੀਂ ਉਸ ਚੀਜ਼ ਤੇ ਗੌਰ ਜ਼ਰੂਰ ਕਰਿਓ। ਕੋਈ ਗੱਲ ਨਹੀਂ ਸਰ ਜੀ। ਹਲੋ, ਤੁਹਾਡੇ ਖਾਤੇ 'ਚ 10,000 ਰੁਪਇਆ ਪਾਤਾ, ਬਹੁਤ ਬਹੁਤ ਧੰਨਵਾਦ ਜੀ, ਤੁਹਾਨੂੰ ਕਢਵਾ ਲਿਓ। ਹਾਂਜੀ, ਤੇ ਨਾਲੇ ਜਲਦੀ ਤੋਂ ਜਲਦੀ ਫੈਕਟਰੀ 'ਚ ਆਉਣਾ ਸਟਾਰਟ ਕਰੋ। ਕੋਈ ਗੱਲ ਨਹੀਂ ਸਰ, ਮੈਨੂੰ ਨਾ ਜੀ 2 ਦਿਨ ਹੋਰ ਦੇ ਦਿਓ ਜੀ, ਦੋ, ਕਿਉਂਕਿ ਮੈਂ ਉਹਦਾ ਟ੍ਰੀਟਮੈਂਟ ਸਟਾਰਟ ਕਰ ਦੂੰਗਾ ਜੀ, ਬਾਕੀ ਅੱਜ ਟੈਸਟ ਹੋ ਜਾਣਗੇ, ਮੈਨੂੰ ਪਤਾ ਲੱਗ ਜੂਗਾ ਮੇਨ ਪ੍ਰੋਬਲਮ ਕੀ ਹੈ ਜੀ, ਉਸ ਤੋਂ ਬਾਅਦ ਮੈਂ ਰੈਗੂਲਰ ਆਉਣ ਲੱਗ ਜੂੰਗਾ ਜੀ। ਕੋਈ ਗੱਲ ਨਹੀਂ, ਤੁਸੀਂ ਇਲਾਜ ਕਰਾਓ ਤੇ ਨਾਲੇ ਉੱਥੇ ਵੀ ਤੇ ਇੱਥੇ ਵੀ ਤੁਹਾਡਾ ਹੋਣਾ ਜ਼ਰੂਰੀ ਆ, ਕਿਉਂਕਿ ਤੁਹਾਡੀ ਪਰਫਾਰਮੈਂਸ ਸਾਡੀ ਕੰਪਨੀ ਲਈ ਬਹੁਤ ਵਧੀਆ ਹੈਗੀ। ਥੈਂਕ ਯੂ ਜੀ। ਤੇ ਤੁਸੀਂ ਜਲਦੀ ਤੋਂ ਜਲਦੀ ਇਲਾਜ ਕਰਵਾ ਕੇ ਆਉਣਾ ਸਟਾਰਟ ਕਰੋ ਤੇ ਮੇਰੀ ਗੱਲ ਦਾ ਗੌਰ ਜ਼ਰੂਰ ਕਰਿਓ। ਹਾਂਜੀ, ਉਸ ਗੱਲ ਤੇ ਮੈਂ ਜ਼ਰੂਰ ਗੌਰ ਕਰੂੰਗਾ ਜੀ, ਬਾਕੀ ਮੈਂ ਚੱਲਦਾ ਹੀ ਹਾਂ ਫਿਰ ਮੈਂ ਹਸਪਤਾਲ। ਠੀਕ ਹੈ ਠੀਕ ਹੈ, ਚੰਗੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆ ਜਾ ਜਮੀਤ, ਮੇਰੀ ਗੱਲ ਸੁਣੋ। ਹਾਂਜੀ। ਜ਼ਿਆਦਾ ਤਕਲੀਫ ਤਾਂ ਨਹੀਂ ਹੈਗੀ ਤੈਨੂੰ? ਤਕਲੀਫ ਚੱਕਰ ਤਾਂ ਮਾੜੇ ਮੋਟੇ ਜਿਹਾ ਜੀ, ਬਾਹਲੇ ਹੈ ਨਹੀਂ। ਮੇਰੀ ਗੱਲ ਸੁਣ, ਜੇ ਸਕੂਟਰੀ ਤੇ ਜਾਇਆ ਨਾ ਠੀਕ ਹੈ, ਨਹੀਂ ਮੈਂ ਆਟੋ ਬੁਲਾ ਲੈਣਾ। ਚਲੋ ਸਕੂਟਰੀ ਤੇ ਚਲੇ ਜਾਂਦੇ ਆਪਾਂ। ਚਲ ਠੀਕ ਹੈ, ਫੜ ਕੇ ਬਹਿ ਜੀ, ਜਾਣਾ ਤਾਂ ਆਪਾਂ ਆ ਹੀ ਹੈ। ਹਾਂਜੀ, ਮੰਮੀ ਤੇ ਸੁੱਤੇ ਪਏ, ਬੋੜੀ ਨੀਂਦ ਚ ਲੱਗਦੇ ਆ। ਚਲ ਮੇਰੀ ਗੱਲ ਸੁਣ, ਕੰਨ ਉਠਾਉਣਾ, ਉੱਠੋਗੀ ਫਿਰ ਐਵੇਂ ਬੋਲਣ ਲੱਗ ਜੂਗੀ, ਨਾਲੇ ਆਰਾਮ ਕਰ ਲੈਂਦੇ, ਥੱਕੀ ਹੋਈ ਹੁਣ ਦੇਖ ਰੋਟੀਆਂ ਵੀ ਇਹਨੇ ਬਣਾਈਆਂ ਨੇ ਹਨਾ, ਪਈ ਰਹਿੰਦੇ ਰੈਸਟ ਕਰ ਲੈਂਦੇ ਤੇ ਆਪਾਂ ਤਾਂ ਹੁਣ ਆ ਜਾਣਾ ਦਵਾਈ ਦਵਾ ਕੇ। ਜਿਹਨੇ ਇੱਕ ਅੱਧਾ ਤੇਰਾ ਟੈਸਟ ਹੋਗਾ ਜੇ ਦੱਸਤਾ ਉਹਨਾਂ ਨੇ, ਕਰਵਾ ਕੇ 1 ਮਿੰਟ 'ਚ ਮੋੜਾ ਮੈਂ, ਕਿੱਡੀ ਗੁੱਡੀ ਗੱਲ ਹੈ। ਆ ਕੇ ਦੱਸ ਦਾਂਗੇ ਵੀ ਦਵਾਈ ਲੈ। ਚੱਲ ਆਇਆ ਫਿਰ। ਹਾਏ ਬੇਬਣਾ, ਅੱਖ ਲੱਗ ਜਾਂਦੀ ਨਾ, ਪਤਾ ਹੀ ਨਹੀਂ ਲੱਗਦਾ, ਬਸ ਥੱਕ ਗਈ ਕੰਮ ਕਰਦੀ। ਮੀਤ ਖਾਲੀ ਖਾਲੀ ਜਗ੍ਹਾ ਤੋਂ ਲੱਗ ਜਾਂਦਾ ਸੁਣਨਾ, ਉਹ ਗੇਟ ਵਾਲਾ ਮੁੰਡਾ ਵਾ ਤੂੰ ਖੁੱਲਾ ਪਿਆ ਸਕੂਟਰੀ ਵੀ ਹੈ ਨੀ ਕਰੇ। ਬੰਟੂ ਮੀਤ ਹੈ ਨੀ ਕਰੇ, ਫੋਨ ਲਾ ਕੇ ਪੁੱਛਦੀ ਆ ਮੈਂ
किधर नु भागे तुर गया होगा दवाई दवाण मेरी अख लगी नी इन्हों ने पैर बचारिया नी बस ओदी उठ गई घरों बे चक लो स्यापे खाने नवी तो नवी टेंशन पा देंगे हेलो बे किधर भागे तुसी हैं बार खुला छड़ के सुती पई सी गाहां दी जानता नहीं निकल गई सी मेरी सुती पई सी आके गल करदा छेती कट गया लै करदा इह आके गल आके कर लूगा मेरा मन दुखी करना सी करता तुर गया आप महारे आजूगा पैसे खर्च के हां पैसे आए कितों इहदे कोले 4000 जिहड़ा कल फड़ के लिया सी ओह हुण लाके आ जाणगे लै टेंशन पा के धरती मैं तां चार हजार कितने ही आ जाता केड़े तरले ना जुड़ते पैसे बात गर्मी बड़ी पी पी चल कोई गल नहीं गर्मी तो ना ना पानी तो मैं आप ही पी लूंगा मेरी गल सुन अगर तेरी रिपोर्ट आ डॉक्टर कहता एक तो पेट न सोज है तो इनफेक्शन आई हुई है तो एक तो जोर का कम ना करी तू रेस्ट ही करनी ठीक है कोई ना मैं मां समझा दूंगा दवाइया ने इन्होंने उपर लिखा हुआ उमे तू दवाइया लेंदी रही हां तलिया चीजा करतिया तेरिया बंद ठीक है चलो कोई नहीं परहेज कर लेंगे ਉਹ ਹੋਰ ਕਰ ਲੈ ਕਿਉਂਕਿ ਮੈਂ ਵੀ ਨਾ ਹੁਣ ਤੇਰੇ ਸਾਹਮਣੇ ਮੈਨੂੰ 4 ਦਿਨ ਹੋ ਗਏ ਮੈਂ ਘਰੇ ਬੈਠਾ ਹਾਂਜੀ ਤੇ ਹੁਣ ਜੇ ਤੂੰ ਠੀਕ ਹੋਵੇ ਮੈਂ ਵੀ ਕੰਮ ਤੇ ਜਾਣ ਲੱਗਾ ਜੇ ਮੈਂ ਮਾਂ ਨੂੰ ਕੁਝ ਕਹਿਣਾ ਉਹ ਤਾਂ ਤੈਨੂੰ ਪਤਾ ਹੀ ਹੈ ਗੱਲ ਪੈਣ ਨੂੰ ਆਉਂਦੀ ਹੈ ਹੁਣ ਮਾਂ ਨੂੰ ਵੀ ਮੈਂ ਕੀ ਕੀ ਸਮਝਾਵਾਂ ਕੀ ਨਾ ਸਮਝਾਵਾਂ ਇਹ ਤਾਂ ਗੱਲ ਹੈਗੀ ਜੀ ਆਪ ਮਹਾਰੇ ਹੋ ਕੇ ਤੁਰੇ ਫਿਰਦੇ ਆ ਬੜੇ ਆ ਚੱਕ ਕੇ ਮਰੀਜ਼ ਨੂੰ ਮਰਜ਼ੀ ਨਾਲ ਤੁਰਿਆ ਫਿਰਦਾ ਰਿਹਾ ਕਰ ਹੋਰ ਤਾਂ ਤੇਰੇ ਕੋਲ ਕੋਈ ਕੰਮ ਨਹੀਂ ਹੈਗਾ ਇਹਦੇ ਜੋਗੇ ਰਹਿ ਗਿਆ ਤੂੰ ਤਾਂ ਮੈਂ ਤਾਂ ਪੁੱਛਿਆ ਗਿੱਛਿਆ ਨਹੀਂ ਪੁੱਛਣਾ ਗਿੱਛਣਾ ਕਿਹਨੇ ਮੈਂ ਤਾਂ ਮਰਗੀ ਛੋਟੇ ਲਈ ਬਸ ਫੁੱਕਣੀ ਜ਼ਰੂਰੀ ਹੈ ਉਹ ਮਾਂ ਮੇਰੀ ਗੱਲ ਸੁਣ ਅਸੀਂ ਜਾਂਦੇ ਸੀ ਸੁੱਤੇ ਪਏ ਸੀ ਮੀਤ ਕਹਿੰਦੀ ਚੱਲ ਕਾਨੂੰ ਉਠਾਉਣਾ ਗੁੜੀ ਨੀਂਦ ਚ ਪਈ ਆ ਵੀ ਆਪਾਂ ਆ ਜਾਾਂਗੇ ਤੈਨੂੰ ਤਾਂ ਨਹੀਂ ਠਾ ਦੱਸ ਕੇ ਗਿਆ ਹੈਗਾ ਮੈਂ ਜਾਂਦਾ ਹੋਇਆ ਬੇ ਮੈਂ ਸੁੱਤੀ ਸੀ ਮਰੀ ਤਾਂ ਨਹੀਂ ਸੀ ਹਲੂਣ ਲੈਂਦੇ ਬੋਲ ਪੈਂਦੇ ਮੇਰੇ ਕੋਲੇ ਵੀ ਮੰਮੀ ਅਸੀਂ ਜਾਂਦੇ ਆ ਜਾਂ ਐ ਕਰਦੇ ਆ ਨਾਲੇ ਪੈਸੇ ਕਿੱਥੋਂ ਆਏ ਤੇਰੇ ਕੋਲ ਉਹ ਮੈਂ ਕਿਸੇ ਤੋਂ 10000 ਰੁਪਇਆ ਫੜਿਆ ਸੀ ਹੁਣ ਇਹਦਾ ਇਲਾਜ ਤਾਂ ਕਰਾਉਣੇ ਆ ਹੋਰ ਦੱਸ ਕੌਣ ਕਰਾਊਗਾ ਇਲਾਜ ਇਹਦਾ ਤੂੰ ਵੀ ਕਮਾਲ ਕਰੀ ਜਾਂਦੀ ਐ ਮਾਂ ਬੇ ਕਿੰਨੇ ਪੈਸੇ ਉਹ 10000 ਰੁਪਇਆ ਫੜ ਕੇ ਲੈ ਕੇ ਗਿਆ ਸੀ ਮੇਰੀ ਗੱਲ ਸੁਣ ਇਹਨੂੰ ਨਾ ਇਨਫੈਕਸ਼ਨ ਹੋਈ ਹੋਈ ਹੈ ਨਾਲੇ ਪੇਟ ਨੂੰ ਸੋਜਿਆ ਡਾਕਟਰ ਨੇ ਆਰਾਮ ਦੱਸਿਆ ਕੁਛ ਨਾ ਦਵਾਈ ਦਿੱਤੀ ਹੈ ਤੇ ਕਹਿੰਦਾ 4 ਦਿਨ ਕੰਮ ਨਾ ਕਰੇ ਠੀਕ ਹੋ ਜਾਊਗੀ ਇਹ ਮੈਨੂੰ ਤਾਂ ਹਲਾ ਕੇ ਰੱਖਦੀ ਰੂਹ ਅੰਦਰ ਤੱਕ ਮੇਰੀ ਤਾਂ ਅਕੇ 10000 ਥੋੜੀ ਘਣੀ ਖੇਡ ਸੀ ਮੈਂ ਲੈ ਜਾਂਦੀ ਆ ਨਾਲ ਵਾਲੇ ਡਾਕਟਰ ਦੇ ਟੀਕਾ ਲਾ ਜਾਂਦਾ ਮਾਣਾ ਮੋਟਾ ਕੋਈ ਬੁਖਾਰ ਕੰਸ ਜੀ ਹੋਈ ਰੂਹ ਹੋਰ ਇਹਨੂੰ ਕੀ ਹੋ ਗਿਆ ਉਹ ਨਹੀਂ ਮਾਂ ਮੇਰੀ ਗੱਲ ਸੁਣੇ ਹੁਣ ਦਿਖਾਉਣਾ ਤਾਂ ਜ਼ਰੂਰੀ ਤਾਂ ਤੇਰੇ ਸਾਹਮਣੇ ਵੀ ਇੰਨੇ ਚੱਕਰ ਆਈ ਜਾਂਦੇ ਆ ਹੁਣ ਉਹ ਵੀ ਜ਼ਰੂਰੀ ਦਿਖਾਉਣਾ ਸੀ ਨਾਲੇ ਰਹੀ ਗੱਲ 10000 ਮੈਂ ਕਿਸੇ ਹੋਰ ਤੋਂ ਨਹੀਂ ਫੜ ਕੇ ਲਿਆ ਮੈਂ ਤਾਂ ਮੇਰੇ ਸਰ ਤੋਂ ਹੀ ਫੜ ਕੇ ਲਿਆ ਉਹਨੂੰ ਮੈਂ ਕਿਹਾ ਵੀ ਤਨਖਾਹ ਚੋਂ ਕੱਟ ਲਈ ਤਨਖਾਹ ਚੋਂ ਕੱਟ ਲਈ ਰਹਿ ਗਿਆ ਮਗਰ 40000 ਮਹੀਨੇ ਦਾ ਸਾਰਾ ਖਰਚਾ ਹਜੇ ਪਿਆਗਾ ਬਾਕੀ ਖਰਚੇ ਕਿੱਥੋਂ ਪੂਰੇ ਹੋਣਗੇ ਜਦੋਂ ਤੂੰ ਹਾਂ ਡਾਕਟਰ ਦੇ 10-10 ਦੇਣ ਲੱਗ ਗਿਆ ਨਾ ਫੇਰ ਨਹੀਂ ਮਿਲਿਆ ਘਰ ਬੰਨੀ ਦੇ ਫੇਰ ਤਾਂ ਪੱਟਿਆ ਗਿਆ ਸਮਝ ਲਾ ਹਾਂ ਉਹ ਮਾਂ ਮੇਰੀ ਗੱਲ ਸੁਣ ਜੇ ਹੁਣ ਤੂੰ ਬਿਮਾਰ ਹੋਏ ਤੈਨੂੰ ਕਿਹੜਾ ਮੈਂ ਦਵਾਈ ਨਾ ਦਵਾਉਂਗਾ ਉਦੋਂ ਫਿਰ ਔਖੇ ਸੌਖੇ ਤਾਂ ਹੁਣ ਹੱਥ ਘੁੱਟ ਕੇ ਚੱਲਣਾ ਹੀ ਪੈਂਦਾ ਹੁਣ ਜੇ ਇਹ ਮੰਜੇ ਤੇ ਪਈ ਆ ਆਪਣਾ ਵੀ ਇਹਦਾ ਹੱਕ ਬਣਦਾ ਨਾ ਵੀ ਇਹਦਾ ਇਲਾਜ ਕਰਾਈਏ ਮੈਨੂੰ ਨਹੀਂ ਪਤਾ ਕੀ ਹੱਕ ਬਣਦਾ ਕੀ ਹੱਕ ਨਹੀਂ ਤੂੰ ਤਾਂ ਇਹਦੇ ਜੋਗੇ ਰਹਿ ਗਿਆ ਮੇਰੇ ਤਾਂ ਸਾਰੇ ਫਰਜ਼ ਭੁੱਲ ਗਿਆ ਮਾਂ ਵਾਲੇ ਅਕੇ ਜੇ ਤੂੰ ਬਿਮਾਰ ਹੋ ਜੇ ਮੈਂ ਜੇ ਨਹੀਂ ਬਿਮਾਰ ਹੁੰਦੀ ਨਾ ਸੋਨੂੰ ਬੁਰੀ ਲੱਗਦੀ ਮੈਂ ਤੁਰੀ ਫਿਰਦੀ ਲੱਤ ਮਾਂ ਮੇਰੀ ਤੋੜ ਦੋ ਤੇ ਮੰਜੇ 'ਚ ਪਾ ਦੋ ਮੈਂ ਬਿਮਾਰ ਹੋ ਜਾਂਦੀ ਹਾਂ ਫਿਰ ਦੇਖਾਂਗੇ ਤੁਸੀਂ ਪੈਸੇ ਲਾਉਂਦੇ ਕਿਸੇ ਨੇ ਤੇਲ ਨਹੀਂ ਲਿਆ ਕੇ ਦੇਣਾ ਸ਼ੀਸ਼ੀ ਮੈਨੂੰ ਵੀ ਗੋਡਿਆਂ ਤੇ ਮਲ ਲੂਗੀ ਸਰੋਂ ਦਾ ਜਿੱਤੇ ਮੈਂ ਬਹਿਗੀ ਮੰਮੀ ਜੀ ਕਿਉਂ ਬੋਲੀ ਜਾਂਦੇ ਹੋ ਇੰਨਾ ਮੈਨੂੰ ਵੀ ਆਇਆ ਜੇ ਮੈਂ ਠੀਕ ਹੋ ਜਾ ਤਾਂ ਤੁਹਾਨੂੰ ਕੰਮ ਨਾ ਕਰਨਾ ਪਵੇ ਜੇ ਮੈਂ ਬਿਮਾਰ ਆ ਸਾਰਾ ਕੰਮ ਦੇਖੋ ਤੁਹਾਨੂੰ ਹੀ ਕਰਨਾ ਪੈਂਦਾ ਹੈ ਮੈਂ ਨਹੀਂ ਚਾਹੁੰਦੀ ਤੁਸੀਂ ਇਸ ਉਮਰ 'ਚ ਕੰਮ ਕਰੋ ਜੇ ਤੂੰ ਭਾਈ ਨਹੀਂ ਚਾਹੁੰਦੀ ਨਾ ਫਿਰ ਬਿਮਾਰ ਜੀ ਹੋ ਕੇ ਪਏ ਫਿਰ ਮੈਨੂੰ ਤਾਂ ਕੰਮ ਆਪ ਹੀ ਕਰਨੇ ਪੈਂਦੇ ਨਾਲੇ ਕਰਾ ਲੈਨੇ ਹੋ ਨਾਲੇ ਉੱਤੋਂ ਸੁਲਾ ਸਫਾਈਆਂ ਮਾਰ ਦਿੰਨੇ ਮੰਮੀ ਜੀ ਉਹੀ ਮਿੱਠੇ ਪੋਚੇ ਮੰਮੀ ਜੀ ਮੈਨੂੰ ਕਿਹੜਾ ਸ਼ੌਂਕ ਆ ਬਿਮਾਰ ਹੋਣ ਦਾ ਹੁਣ ਰੱਬ ਜਿਹੜੇ ਹਾਲਾਤਾਂ 'ਚ ਰੱਖਦਾ ਉਹ 'ਚ ਰਹਿਣਾ ਤਾਂ ਪੈਂਦਾ ਹੀ ਆ ਪਤਾ ਨਹੀਂ ਭਾਈ ਸੋਡੇ ਵਾਲੇ ਕਿਹੜੇ ਹਾਲਾਤ ਹੋ ਗਏ ਮੈਂ ਤਾਂ ਬੰਟੂ ਨੂੰ ਵੀ ਚੱਕਦੀ ਸੀ ਨਿੱਕਾ ਹੀ ਹੁੰਦਾ ਭਾਰੀ ਸੀ ਤਾਂ ਤੇ ਗੋਹਾ ਕੂੜਾ ਵੀ ਕਰ ਲੈਂਦੀ ਸੀ ਮੈਨੂੰ ਤਾਂ ਸੋਝਾਂ ਨਹੀਂ ਆਈਆਂ ਹੁਣ ਤਾਂ ਉਹ ਕੰਮ ਵੀ ਹੈ ਨਹੀਂਗੇ ਸਾਰਾ ਦਿਨ ਪਸ਼ੂਆਂ ਨੂੰ ਪੱਠੇ ਪਾਉਣੇ 3 ਵਜੇ ਸੰਨੀ ਪਾਉਣੀ ਕਦੇ ਬਾਲਟਾਂ ਭਰ ਭਰ ਪਾਣੀ ਪਿਉਣਾ ਨਲਕਾ ਗੇੜਦੀਆਂ ਸੀ ਸਾਰਾ ਦਿਨ ਮੇਰੀ ਗੱਲ ਸੁਣ ਲੈ ਚੱਲ ਉਦੋਂ ਖਰਾਕਾਂ ਵੀ ਉਹੇ ਜਿਹੀਆਂ ਹੈਗੀਆਂ ਸੀ ਅੱਜ ਕੱਲ੍ਹ ਖਰਾਕਾਂ 'ਚ ਵੀ ਤੰਤ ਨਹੀਂ ਹੈਗਾ
ਰਹਿੰਦਾ ਇਹ ਤਾਂ ਸ਼ੁਰੂ ਤੋਂ ਬਿਮਾਰ ਰਹਿੰਦੀ ਚੱਲ ਨਹੀਂ ਇੰਨਾ ਕੰਮ ਹੁੰਦਾ ਜੇ ਮੈਂ ਕੰਮ ਵਾਲੀ ਰੱਖੀ ਤੂੰ ਉਹ ਹਟਾਤੀ ਵੀ ਉਹਨੂੰ ਇੰਨੇ ਪੈਸੇ ਕਿੱਥੋਂ ਦੇਵਾਂਗੇ ਦੱਸ 4 ਦਿਨ ਆਪਾਂ ਕੰਮ ਕਰਾ ਲੈਂਦੇ ਇਹਨੂੰ ਵੀ ਰੈਸਟ ਮਿਲ ਜਾਂਦਾ ਤੈਨੂੰ ਵੀ ਰੈਸਟ ਮਿਲ ਜਾਂਦਾ ਤੁਹਾਡੇ ਸੁੱਖ ਲਈ ਲਵਾਈ ਸੀ ਮੰਮੀ ਉਹ ਵੀ ਤਾਂ ਤੁਹਾਨੂੰ ਕੰਮ ਨਾ ਕਰਨਾ ਮੈਨੂੰ ਕਾਹਦਾ ਸੁੱਖ ਸੀ ਨਾ ਜਿਹੜਾ ਮਹੀਨੇ ਦਾ 2-3 ਹਜ਼ਾਰ ਰੁਪਇਆ ਉਹ ਲੈ ਜਾਂਦੀ ਉਹਦੇ ਪੈਸੇ ਦੇਖ ਦੇਖ ਕੇ ਮੇਰਾ ਬਲੱਡ ਵਧਣ ਘਟਣ ਲੱਗ ਜਾਂਦਾ ਸੀ ਮੈਂ ਬਿਮਾਰ ਹੋ ਜਾਣੀ ਸੀ ਜੇ ਉਹ ਚੇ ਕੰਮ ਤੇ ਲੱਗੀ ਰਹਿੰਦੀ ਮੰਮੀ ਪੈਸਾ ਪੈਸਾ ਨਾ ਕਰਿਆ ਕਰੋ ਆਪਣੇ ਬਥੇਰਾ ਪੈਸਾ ਰੱਬ ਦਾ ਦਿੱਤਾ ਮੈਨੂੰ ਇਹ ਤਾਂ ਦੱਸੋ ਕਮੀ ਕੀ ਆ ਕਮੀ ਕੀ ਹੈ ਮੈਂ ਪੈਸਿਆਂ ਦਾ ਕਰਦੀ ਕੀ ਹਾਂ ਮੈਂ ਤਾਂ ਕਦੇ ਮਹਿੰਗੀ ਚੁੰਨੀ ਨਹੀਂ ਲੈ ਕੇ ਆਈ ਵੀ ਹਾਂ ਮੈਂ ਖਰਚ ਕਰ ਲੈਣੀ ਹੁੰਦੀ ਹਾਂ ਸੋਨੂੰ ਕੋਈ ਕਸਰ ਨਹੀਂ ਛੱਡਦੀ ਲੀੜੇ ਕੱਪੜੇ 'ਚ ਜਿਹੋ ਜਿਹੀਆਂ ਬੈੱਡ ਸੀਟਾਂ ਕਦੇ ਉਹ ਸੀਟਾਂ ਕਦੇ ਉਹ ਬਦਲ ਲਓ ਕਦੇ ਉਹ ਬਦਲ ਲਓ ਘਰ ਦੇ ਖਰਚੇ ਰਸੋਈ ਦੇ ਖਰਚੇ ਦੁੱਧ ਦੇ ਖਰਚੇ ਰੋਜ਼ ਰੋਜ਼ ਕੀ ਬਣਾਉਣਾ ਹੈ ਖਰਚੇ ਮਾਂ ਮੇਰੀ ਗੱਲ ਸੁਣ ਲਾ ਨਾ ਤਾਂ ਤੇਰਾ ਕਦੇ ਹੱਥ ਫੜਿਆ ਤੇਰਾ ਜਿਹੜਾ ਜੀ ਕਰਦਾ ਉਹ ਸੂਟ ਲਿਆ ਉਹ ਚੁੰਨੀ ਲਿਆ ਤੈਨੂੰ ਕਦੇ ਕੁਛ ਨਹੀਂ ਕਿਹਾ ਨਾਲੇ ਰਹਿੰਦੀ ਗੱਲ ਇਹਦੇ ਕੋਲ ਇੰਨਾ ਉੱਚੀ ਨਾ ਬੋਲ ਇਹਨੂੰ ਘਬਰਾਹਟ ਹੁੰਦੀ ਹੈ ਡਾਕਟਰ ਨੇ ਕਿਹਾ ਵੀ ਇਹਨੂੰ ਤਾਂ ਆਰਾਮ ਹੀ ਕਰ ਲੈਣ ਦਿਆ ਕਰੋ ਲੈ ਲੈ ਵੱਡੀ ਮਹਾਰਾਣੀ ਇਹ ਕਰ ਲੈ ਆਰਾਮ ਇਹਨੂੰ ਹੁੰਦੀ ਹੈ ਘਬਰਾਹਟ ਸਾਨੂੰ ਤਾਂ ਘਬਰਾਹਟਾਂ ਨਾ ਹੋਈਆਂ ਵੇ ਤੇਰੀ ਦਾਦੀ ਇੰਨੇ ਇੰਨੇ ਦਰਵਾਜ਼ੇ 'ਚ ਬਹਿ ਕੇ ਗਾਣਾ ਦਿੰਦੀ ਸੀ ਨਾਲੇ ਸੋਨੂੰ ਕੁੱਟ ਦਿੰਦੀ ਸੀ ਨਾਲੇ ਟੋਬੇ ਤੱਕ ਸੁਣਦੀ ਹੁੰਦੀ ਸੀ ਹਾਂ ਚਲੋ ਜੀ ਤੁਸੀਂ ਇਹ ਗੱਲ ਕਹੋ ਨਾ ਤਾਂ ਹੀ ਮੈਂ ਨਹੀਂ ਕਹੀ ਸੀ ਮੈਨੂੰ ਪਤਾ ਮੰਮੀ ਨੇ ਫਿਰ ਗੁੱਸਾ ਕਰ ਲੈਂਦੇ ਆ ਸਮਝਦੇ ਨਹੀਂ ਹੈਗੇ ਚਲ ਕੋਈ ਗੱਲ ਨਹੀਂ ਮੈਂ ਤੈਨੂੰ ਨਾ ਉਧਰੋਂ ਪਾਣੀ ਲੈ ਕੇ ਨਾ ਤੂੰ ਦਵਾਈ ਲੈ ਕੇ ਆਰਾਮ ਕਰ ਲੈ ਮਾਂ ਤੂੰ ਜਿਹੜੀ ਗੱਲ ਕਰਨੀ ਹੈ ਮੇਰੇ ਨਾਲ ਉਧਰ ਜਾ ਕੇ ਕਰ ਲੈ ਇਹਨੂੰ ਆਰਾਮ ਕਰ ਲੈਣ ਦੇ ਆਇਆ ਚੱਲੀ ਆਪਾਂ ਮੈਂ ਤਾਂ ਉਧਰ ਬੈਣੀ ਐਨੀ ਸੇਵਾ ਕਰ ਲੈ ਪਾਣੀ ਪੂਣੀ ਦੇ ਦੇ ਦਵਾਈ ਬੂਟੀ ਦੇ ਦੇ ਕਿਤੇ ਤੂੰ ਡੋਲ ਜਾਵੇ ਆਪੀ ਫਿਰ ਕਹੇਗਾ ਹੱਥ ਕੰਮ ਦੇ ਸੀ ਇਹਨੂੰ ਚੱਕਰ ਆਵੇ ਉਹ ਚੱਲ ਕਾਦੇ ਵਾਸਤੇ ਲੜਦੀ ਆ ਤੂੰ ਚੱਲ ਮੈਂ ਆ ਗਿਆ ਹੁਣ ਕਹਿੰਦਾ ਮੈਂ ਕਰਦਾ ਮਾਂ ਤੇਰੇ ਨਾਲ ਗੱਲ ਮੇਰੇ ਨਾਲ ਕਿਉਂ ਗੱਲ ਕਰੇਗਾ ਤੂੰ ਤਾਂ ਇਹਨੂੰ ਦੇ ਦੇ ਦਵਾਈਆਂ ਦਵਾਈਆਂ ਕੀ ਅਲਮ ਬਲਮ ਲਿਆਏ ਆ ਬਾਜ਼ਾਰ ਚੋਂ ਚਾਹ ਨਾ ਝੁੱਸ ਲੈ ਮੈਨੂੰ ਤਾਂ ਕਿਸੇ ਨੇ ਸੁਲਾ ਨਹੀਂ ਮਾਰੀ ਵੀ ਮਾਂ ਤੈਨੂੰ ਵੀ ਚਾਹ ਦੀ ਘੁੱਟ ਫੜਾ ਦੇ ਹੁਣ ਤਾਂ ਨਾ ਮੇਰੇ ਗੋਲਾ ਬਣ ਗਿਆ ਢਿੱਡ 'ਚ ਹਾਂ ਇਹ ਤਾਂ ਹੁੰਝਾ ਫੇਰਨ ਤੇ ਲੱਗ ਗਏ ਬਸ ਘਰ ਨੂੰ ਬਰਬਾਦ ਕਰਨਗੇ ਖਰਚੇ 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 ਹਜੇ ਇਹਨਾਂ ਦਾ ਕੁਛ ਦੁਖਦਾ ਅਲਮ ਗਲਮ ਤਾਂ ਖਾਣੋਂ ਨਹੀਂ ਹਟਦੇ ਉਦੋਂ ਨਹੀਂ ਕੁਛ ਦੁਖਦਾ ਉਦੋਂ ਨਹੀਂ ਇਹ ਬਿਮਾਰ ਹਾਂ ਉਹ ਤਾਂ ਚੰਗੀ ਭਲੀ ਆ ਹਾ ਹਾ ਹੀ ਹੂਈ ਹੀ ਹੁਣ ਬਥੇਰਾ ਕਰ ਲੈਣਗੇ ਬਹਿ ਕੇ ਮੈਨੂੰ ਤਾਂ ਪੁੱਛਦਾ ਹੀ ਨੀ ਕੋਈ ਬੈਠੀ ਆ ਵੀ ਪੁੱਛਣਗੇ ਭਾਈ ਆਉਣਾ ਮੈਂ ਕਿਉਂ ਆ ਜਾਏਗਾ ਇਹਦੇ ਲੇਲੇ ਪੇਪੇ ਪੂਰੇ ਹੋਣਗੇ ਤਾਂ ਆਵੇਗਾ ਸੱਚ ਮੈਂ ਬੈਠੀ ਕੀ ਕਰਦੀ ਹਾਂ ਕੁੜੀ ਨੂੰ ਤਾਂ ਕਹਾਂ ਮੈਂ ਫੋਨ ਲਾ ਕੇ ਵੀ ਆਹ ਮਹੀਨੇ ਨਾ ਕਰੀ ਝਾਕ ਕਰਤੇ ਖਰਚੇ ਇਹਨਾਂ ਨੇ ਤਾਂ ਸਿੰਮੀ ਹੈਲੋ ਹਾਂ ਸਿੰਮੀ ਨੀ ਭੈਣੇ ਸਤਿ ਸ੍ਰੀ ਅਕਾਲ ਠੀਕ ਆ ਵਧੀਆ ਮੈਨੂੰ ਕੀ ਹੋਣਾ ਸੀ ਹਾਂ ਹਾਂ ਅੱਛਾ ਕੋਈ ਨਾ ਮੈਂ ਕੀ ਕਰਾਂ ਫਿਰ ਜੇ ਤੇਰੀ ਦਰਾਣੀ ਸੂਟ ਲਈ ਆ ਹੁਣ ਲੈ ਆ ਕੇ ਸੈਂਡਲ ਲਈ ਆ ਨਾਲ ਫਿਰ ਮੈਂ ਕੀ ਕਰਾਂ ਭਾਈ ਆਹ ਮਹੀਨੇ ਤਾਂ ਨਾ ਮੇਰੇ ਹੱਥ ਖੜੇ ਆ ਆਪਦਾ ਕੁਛ ਕਰ ਨਾ ਕਰ ਕਿਤੋਂ ਨਾ ਕਰ ਪ੍ਰਾਹੁਣੇ ਤੋਂ ਮੰਗ ਜਾਂ ਚੋਰ ਮੋਂ ਕੱਢ ਉਹਦੇ ਬਟੂਏ ਚੋਂ ਹੋਰ ਫਿਰ ਕੱਢਣੇ ਨਹੀਂ ਪੈਣਗੇ ਲੈ ਤੂੰ ਤਾਂ ਕਹਿਤਾ ਮਾਂ ਇਹੋ ਜਿਹੀਆਂ ਗੱਲਾਂ ਕਰਦੀਆਂ ਮੇਰੀ ਗੱਲ ਸੁਣ ਲੈ ਧੀਏ ਮੇਰਾ ਤਾਂ ਆਪ ਢਿੱਡ ਮੱਚਦਾ ਵੀ ਆਪਦੀ ਧੀ ਨੂੰ ਐਤਕੀ ਮੈਂ ਕਿੱਥੋਂ ਪੈਸੇ ਦੇਵਾਂ ਕਿਵੇਂ ਦੇਵਾਂ ਆ ਹੁਣ ਹੀ ਆਇਆ ਡਾਕਟਰ ਦੇ ਜਾ ਕੇ ਮੇਰੇ ਨਹੀਂ ਸੁਣ ਲਾ ਫੇਰ ਹੀ ਸੁਣੂਗੀ ਮੈਂ ਤੇਰੀ ਬਸ ਸੁਣ ਲਾ ਮੇਰੀ ਸੁਣ ਲਾ ਆ ਹੁਣ ਹੀ ਆਇਆ ਡਾਕਟਰ ਦੇ ਜਾ ਕੇ ਕਹਿੰਦਾ 10,000 ਰੁਪਇਆ ਫੜ ਕੇ ਮੈਂ ਤਾਂ ਤਨਖਾਹ ਚੋਂ ਚਲਾਤਾ ਮੈਂ ਕਹਿਤਾ ਸੀ ਮੈਂ ਗੱਲੀ ਬਾਤੀ ਮੈਂ 40,000 ਰਹਿ ਗਿਆ ਮਗਰ ਘਰ ਦਾ ਖਰਚਾ ਮਹੀਨੇ ਦਾ ਕਿੱਥੋਂ ਕਰਾਂਗੇ ਹਾਂ ਅੱਛਾ ਅੱਛਾ ਕੋਈ ਨਾ ਜੀ ਤੂੰ ਤਾਂ ਗੇੜਾ ਮਾਰਨ ਤਾਂ ਮੈਂ ਕੁਛ ਨਹੀਂ ਕਹਿੰਦੀ ਪਰ ਖਾਲੀ ਹੱਥ ਮੁੜੇਗੀ ਜੀ ਸਦ ਕੇ ਆ ਜਾ ਇਹ ਤਾਂ ਹੈ ਨੀ ਵੀ ਮੈਂ ਤੈਨੂੰ 10,000-5,000 ਰੁਪਇਆ ਦੇ ਦੂੰ ਨਾਲੇ 10-5 ਦਾ ਕੀ ਦੇਣਾ ਜਦੋਂ ਤੇਰਾ ਭਰਾ ਵਧੀਆ ਨੌਕਰੀ ਕਰਦਾ 50,000 ਮਹੀਨੇ ਦਾ ਲੈਂਦਾ ਤੈਨੂੰ 30-25 ਨਾ ਆਏ ਮਹੀਨੇ ਜਾਵੇ ਤੇ ਓਨਾ ਚਿਰ ਮੈਨੂੰ ਨੀ ਸਬਰ ਹੁੰਦਾ ਭਾਈ ਹਾਂ ਵੀ ਮੇਰੀ ਧੀ ਦੇ ਹੱਥ ਦੇ ਪੈਸੇ ਨਿਤਰ ਆ ਗਿਆ ਮੈਂ ਤਾਂ ਬਲਾਇਮ ਢਿੱਡ ਮੱਚਦਾ ਪੁੱਤ ਤੇਰੇ ਵਾਸਤੇ ਸੌਣ ਲੱਗੇ ਹਾਂ ਤੇਰੇ ਮਾਰੀ ਮੈਂ ਤੁਰੀ ਫਿਰਦੀ ਤਰਲੇ ਭਰਦੀ ਆਇਆ ਜਿੰਨਾ ਚਿਰ ਬੈਠੀ ਓਨਾ ਚਿਰ ਹੱਥ ਝਾੜਦੀ ਆ ਜਿੱਦੇ ਅੱਖਾਂ ਮੀਚ ਗਈ ਤੈਨੂੰ ਕਿਹਨੇ ਪੁੱਛਣਾ ਫਿਰ ਆਪਦਾ ਕੋਈ ਨਾ ਆਪਦਾ ਸੋਹਣਾ ਘਰੇ ਰਸਦੀਆਂ ਵਸਦੀਆਂ ਆਮ ਹੀ ਨਾ ਆਈ ਮੇਰੇ ਅੱਖਾਂ ਮੀਚੇ ਤੋਂ ਫਿਰ ਕੋਈ ਜ਼ਰੂਰੀ ਹੈ ਇੱਥੇ ਵਰਤ ਵਰਤੇ ਨੂੰ ਭਰਾ ਭਰਜਾਈਆਂ ਕਿਧਰੇ ਨੀ ਤੇਰੇ ਵਾਸਤੇ ਅੰਬ ਲਈ ਬੈਠੇ ਇਹ ਚਾਹ ਪਿੱਛੇ ਤਾਂ ਕਲੇਸ ਪਾ ਲੈਂਦੀ ਆ ਮੈਂ ਢਿੱਲੀਆਂ ਢਿੱਲੀਆਂ ਇਹ ਚੰਗਾ ਤੇਰੇ ਤਾਂ ਕੋਈ ਨਾ ਕੋਈ ਸੱਸ ਗੁਆਂਢਣ ਆਈ ਰਹਿੰਦੀ ਹੈ ਆ ਗਈ ਗੁਆਂਢਣ ਇੰਨਾ ਕਰਦੀ ਆ ਇੰਨਾ ਢਿੱਡ ਮਚਾਉਣੇ ਆ ਪਟੱਕ ਦੇਣੇ ਤੋੜ ਕੇ ਜੇ ਧਰ ਦਿੰਦੀ ਆ ਮੈਨੂੰ ਟੇਂਗਰੀ ਜੀ ਵੀ ਮਾਂ ਉਹ ਆ ਗਈ ਹੁਣ ਉਹ ਆ ਗਈ ਕਹੂਗੀ ਮੰਮੀ ਨਾਲ ਲੱਗੀ ਪਈ ਆ ਨਾ ਨੀ ਉਹ ਵੀ ਕੀ ਕਰੇ ਜਵਾਕੜੀ ਹਰ ਉਹਨੇ ਕਿਹੜਾ ਸਾਰੀ ਉਮਰ ਮੇਰੇ ਕੋਲ ਰਹਿਣਾ ਕਦੇ ਆ ਗਈ ਕਦੇ ਦਦਾਰ ਮਾਮਾ ਧੀਆਂ ਦੀਆਂ ਗੱਲਾਂ ਹੈ ਰੋਲ ਲੈਂਦੇ ਆ ਢਿੱਡ ਉਧਰ ਉਧਰ ਹੀ ਚੱਲ ਕੋਈ ਨਾ ਬੇ ਬਾਟੂ
गर्म पानी करके ठंडा हो गया उदो घोल के दी फिर कर बगानी तो है नी दस ब्याह के लिया हूं इलाज तो मैं ही कराऊंगा होर थोड़ी कराऊंगा तू तो गल पे ने मैं तेन मैं किन्ने बार समझा भी ऐ ना कर दस अपने केड़ा किसी चीज की कमी है जेड़ा तू मरू मरू कर दी रही है मैं मरू मरू नहीं कर दी जेड़ियां गल्लां मेरे दिमाग च ना ओ नहीं सोनू समझाउणियां हां तुस तां बस एक आए आ भी खणी मैं लालच कर दियां पैसे दा सोनू भी पता भी मैं करना की है पैसे दा सोडे वास्ते जोड़ दियां कल निक्का न्याणा होगा उदों कम आउणगे अपने फिर ये पैसे जोड़े दा भी की फायदा अजे बंदा ही घरे तंदुरुस्त है नहीं लख लाण तां फिर मेरे ते कमाउण ते भी जे मैं उहदा इलाज नहीं करा सकदा हैगा पैसे तू कहना मैं 10,000 फड़िया 6 मुड़ के बाकी बच गया 4 ले 4,000 फड़ा फिर ले दे मैनु 4,000 मेरी जेब च दवाई फिर भी लियानी है लगन गए पैसे ना जे तेन भी लोड हुई ना मेरे तो मांग ली 4,000 मैं आपकी जेब च रखूंगा बीमार बीमार होने बजाय तू मेनू पटक देने जवाब देता मैं तो दिता नहीं 4,000 तेरी जेब च ना यही की बधूगा फड़ा मेनू मैं सामभ लू जवाब कोई नहीं है मां तेन जेड़ी चीज की लोड़ आ मैनू कह मैं पैसे लाऊंगा पर पैसे मैं आपकी जेब च रखूंगा मां मेरी गल सुन ला तू हैगी अनपढ़ तेनू दुकाना लुट लेंदे हिसाब किताब तेनू समझ नहीं आता है अज तो बाद हिसाब किताब मैं देखूंगा चाहे तू देख ली पर पैसा मैं लाऊंगा हुण तक तेरा प्यो भी मैनू पैसे फड़ाउंदा सी ठीक है उदों भी सारा हिसाब किताब मैं करदी सी तेनू पाल पड़ोस के एडा पढ़ा लिखा दिता उदों भी हिसाब किताब मैं करदी सी हुण मैनू हिसाब नहीं हुण मैं अनपढ़ होगी चल कोई ना मां मेरा भी कहना ना दिमाग ना खराब होया पिया सिर वाला दुखियां दा ते मैं उन्हूं देख ला दवाई दे के हटिया डाक्टर ने कहा सी दवाई देने तो बाद कहना 10-20 मिंट दे कोल बैठ जाओ हो सकदा वे उन्हूं उल्टी जां घबराहट हो जाए मैं जाना उहदे कोल जाना उहदे कोल मैं तां 20 वारी कहता मैं कह हरे जे पन्ने वाली गोली लिया दी वे मेरा सिर दुखण लग जांदा किसी ने गौर नहीं कीती मैनूं तां भी इक गोली लिया दे ओही गल आ आपदे बंदे बिना कोई नहीं पुछदा किसी नूं जिन्ने मर्जी धक्के खा लो उस इन कह दी होंगी सी बिना कहे तो गोलियां लिया के रख दिता हूं भी जो इन कोई कम धंधा घबराहट जी होंगी है ना सिर सुर दुखद मैं तो हरे पन्ने वाली गोली लै लेंदी सी ठीक हो जाती सी नाले कम कर लेंदी सी सारे हुण इन्हां दी निगाह भी रखो नाले दवाइया महंगा दवाओ असी तो तीमा ही नहीं सी ये आ गया लै दें तीमा हां की हो गया एसी बंद करके इत्थे बैठे इन्नी गर्मी जाके ਮੈਨੂੰ ਠੰਡ ਲੱਗਣ ਲੱਗੀ ਸੀ ਜੇ ਇੱਕਦਮ ਤਾਂ ਪਤਾ ਨਹੀਂ ਕਿਉਂ ਠੰਡ ਚੜ ਜਾਂਦੀ ਇੱਕਦਮ ਹੀ ਗਰਮੀ ਆਉਣ ਲੱਗ ਜਾਂਦੀ ਹੈ ਉਹ ਤਾਂ ਡਾਕਟਰ ਨੇ ਕਿਹਾ ਨਾ ਦਵਾਈ ਲਿੱਤੀ ਹੋਈ ਹੈ ਉਹਦੇ ਨਾਲ ਘਬਰਾਹਟ ਹੁੰਦੀ ਹੈ ਤੇ ਤੂੰ ਪੱਖਾ ਛੱਡ ਕੇ ਬਹਿ ਜਾਣਾ ਸੀ ਉੱਥੇ ਬਸ ਇੱਥੇ ਹਵਾ ਆਉਂਦੀ ਸੀ ਜੀ ਤਾਂ ਕਰਕੇ ਮੈਂ ਇੱਥੇ ਬਹਿ ਗਈ ਠੀਕ ਹੈ ਮੈਂ ਤੁਹਾਨੂੰ ਇੱਕ ਗੱਲ ਇਹ ਕਹਿੰਦੀ ਸੀ ਹਾਂ ਮੰਮੀ ਕਾ ਤੋਂ ਇਨਾ ਘਬਰੀ ਰਹਿੰਦੀ ਹੈਗੀ ਉਹ ਮੇਰੀ ਗੱਲ ਸੁਣ ਉਹਦੀਆਂ ਗੱਲਾਂ ਤੇ ਬਾਲੀ ਗੌਰ ਨਾ ਕਰਿਆ ਕਰ ਉਹਦੀ ਤਾਂ ਆਦਤ ਆ ਬੋਲਣ ਦੀ ਤੁਹਾਡੀ ਗੱਲ ਵਿੱਚ ਆ ਪਰ ਮੰਮੀ ਜਿਸ ਹਿਸਾਬ ਨਾਲ ਗੱਲਾਂ ਕਰਦੇ ਪੇਸ਼ ਆਉਂਦੀ ਹੈ ਨਾ ਮੈਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਆਪਦੀ ਕੁੜੀ ਨੂੰ ਤਾਂ ਸਿੰਮੀ ਸਿੰਮੀ ਪਿਆਰ ਨਾਲ ਕਰਦੀ ਰਹਿੰਦੀ ਹੈ ਮੈਂ ਉਹਦੀ ਕੁਛ ਲੱਗਦੀ ਨਹੀਂ ਕਿੰਨੀ ਤਰ੍ਹਾਂ ਤੇ ਮੇਰੇ ਨਾਲ ਕਰਦੀ ਹੈ ਮੇਰਾ ਤਾਂ ਚਲ ਛੱਡੋ ਤੁਹਾਡੇ ਨਾਲ ਵੀ ਕਿੰਨੀ ਤਰ੍ਹਾਂ ਤੇ ਲੱਗਦੀ ਹੈ ਤੁਹਾਡੀ ਮੰਮੀ ਤਾਂ ਉਹ ਨਹੀਂ ਨਹੀਂ ਉਹਦੇ ਦਿਲ 'ਚ ਕੁਛ ਨਹੀਂ ਹੈਗਾ ਆਪਾਂ ਨੂੰ ਵੀ ਉਹ ਬਹੁਤ ਪਿਆਰ ਕਰਦੀ ਹੈ ਬਸ ਉਹਦੀ ਬੋਲਣ ਦੀ ਆਦਤ ਹੈ ਕੋਈ ਗੱਲ ਨਹੀਂ ਹੌਲੀ ਹੌਲੀ ਅੱਡ ਤੂੰ ਮੇਰੇ ਵਾਂਗੂ ਕਰਿਆ ਕਰ ਨਾ ਇੱਕ ਕੰਨ 'ਚੋਂ ਸੁਣਿਆ ਕਰ ਦੂਜੇ ਕੰਨ 'ਚੋਂ ਕੱਢਦਾ ਕਰ ਇੰਨੀ ਤੂੰ ਗੌਰ ਹੀ ਨਾ ਕਰਿਆ ਕਰ ਨਾਲੇ ਡਾਕਟਰ ਨੇ ਕਿਹਾ ਟੈਨਸ਼ਨ ਵਾਲਾ ਇਹ ਟੈਨਸ਼ਨ ਨਾਲ ਹੀ ਇਹ ਤੇਰੇ ਇੰਨਾ ਕੁਛ ਹੋਇਆ ਟੈਨਸ਼ਨ ਤਾਂ ਮੈਂ ਖੁਦ ਚਾਹੁੰਦੀ ਹਾਂ ਜੀ ਮੈਂ ਨਾ ਲਵਾਂ ਪਰ ਟੈਨਸ਼ਨ ਮੱਲੋ ਮੱਲੀ ਹੋ ਜਾਂਦੀ ਹੈ ਜੇ ਉਧਰ ਹੱਥ ਪੜਾ ਦਿੰਦੇ ਤੇ ਚੱਲ ਕੋਈ ਗੱਲ ਨਹੀਂ ਹੁਣ ਤੇਰੀ ਦਵਾਈ ਲਿੱਤੀ ਹੋਈ ਹੈ ਨੇਸਤੀ ਆਊਗੀ ਤੂੰ 10 ਮਿੰਟ ਪੈ ਜਾ ਉਸ ਤੋਂ ਬਾਅਦ ਮੈਂ ਵੀ ਬਾਜ਼ਾਰ ਜਾਣਾ ਤੇਰੇ ਵਾਸਤੇ ਜੂਸ ਲਿਆ ਕੇ ਦਿੰਦਾ ਤੈਨੂੰ ਉਹ ਪੀ ਲਈ ਤੂੰ ਚੰਗਾ ਠੀਕ ਹੈ ਹਾਂ ਤੇ ਮਾਂ ਨੂੰ ਮੈਂ ਪੁੱਛ ਲੈਣਾ ਜੇ ਕੁਝ ਜੂਸ ਵਗੈਰਾ ਹੋਣਾ ਉਹਨੂੰ ਵੀ ਲਿਆ ਦਿੰਦਾ ਨਹੀਂ ਉਹਨੂੰ ਚਾਹ ਬਣਾ ਕੇ ਦੇ ਦੂੰਗਾ
मम्मी ना थोड़ा जा प्यार नाल ये गल कह दियो कि मम्मी उच्ची ना बोली जे मैं कहूंगी जा तुसी गुस्से ना कह गए फिर वो बद बोलती है। ओ यार हुण ओहदा की कसूर आ, मैं उहनूं किवें कहदा इक्के दा, मेरी गल सुन लै। हुण छोटे हुंदे तों असीं तां ओहदियां ही सुणदे आ भई उहने घर वी मन्निया ओहदी गल वी सही है, कल्ली हुण उहनूं बोलण दी आदत पै गई है। इस तरह प्यो हुंदा सी वक्खरी गल सी जदों तक हैगा सी, हुण उहनूं ऐ हुंदा रहिंदा वी घर मैं ही संभाल लिया सारा, चल बोली जाण दे कोई ना आप ही हट जूगी हौली हौली। चंगा ते तू रेस्ट कर ला ते मैं नाले जूस ले नाले मां नूं पुछ लैना जी कुछ मंगवाना। ठीक पै जा हुण तू पैनी है जी। ਗਲਤੀਆਂ ਵੀ ਸਾਨੂੰ ਦੱਸ ਦਿਓ ਤਾਂ ਜੋ ਅਸੀਂ ਉਹਨਾਂ ਗਲਤੀਆਂ ਨੂੰ ਅੱਗੇ ਸੁਧਾਰ ਲਈ। ਅਤੇ ਸਾਨੂੰ ਸਟੋਰੀਆਂ ਦੀ ਬਹੁਤ ਜ਼ਿਆਦਾ ਲੋੜ ਹੈ, ਸਟੋਰੀਆਂ ਵਾਸਤੇ ਸਾਨੂੰ ਇਨਬਾਕਸ ਦੇ ਵਿੱਚ ਨਾ ਕਮੈਂਟ ਜ਼ਰੂਰ ਕਰਿਆ ਕਰੋ ਵੀ ਸਾਡੇ ਕੋਲ ਸਟੋਰੀ ਹੈਗੀ ਹੈ ਤਾਂ ਅਸੀਂ ਤੁਹਾਡੀ ਸਟੋਰੀ ਲੈ ਲਿਆ ਕਰਾਂਗੇ ਅਤੇ ਉਸ ਤਰ੍ਹਾਂ ਵਧੀਆ ਢੰਗ ਨਾਲ ਪੇਸ਼ ਕਰਿਆ ਕਰਾਂਗੇ, ਵਧੀਆ ਬਣਾਇਆ ਕਰਾਂਗੇ। ਇੱਕ ਗੱਲ ਹੋਰ, ਮੇਰੀ ਇੰਸਟਾ ਆਈ ਡੀ ਹੈਗੀ ਹੈ ਗਗਨਦੀਪ ਮਹਿਰਾ।